ਬਰਤ ਰੱਖਦੇ ਚੱਕਰੀ ਦੇ ਕਿਉਂ ਰੱਖਦੇ ਕਿਹਦੇ ਰੱਖਦੇ ਕਿਵੇਂ ਰੱਖਦੇ ਆ ਜਿਵੇਂ ਬਾਜ਼ਾਰ ਸ਼ੋਪਿੰਗ ਕਰਾਉਂਦੇ ਹੋ ਕਿਵੇਂ ਦਾ ਮਤਲਬ ਬਾਜ਼ਾਰ ਸਸਤਾ ਮਹਿੰਗਾ ਅੱਜ ਕੱਲ੍ਹ ਦੀ ਜਿਵੇਂ ਤੁਹਾਨੂੰ ਪਤਾ ਹੀ ਹੈ ਮਹਿੰਗਾਈ ਹੈ ਫਿਰ ਵੀ ਠੀਕ ਠੀਕ ਹੈ ਮਹਿੰਗਾਈ ਤਾਂ ਹੈਗੀ ਹੈ ਬਾਜ਼ਾਰ ਦੇ ਓਕੇ ਬਸ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਊਸ਼ਾ ਜੀ ਸਾਡਾ ਲਪੁਸ਼ ਕਲੈਕਸ਼ਨ ਸਦਰ ਬਾਜ਼ਾਰ 'ਚ ਸਾਡੀ ਸ਼ੋਪ ਹੈਗੀ ਹੈ ਜੀ ਆਹ ਕੋਸਮੈਟਿਕ ਦਾ ਸਾਡਾ ਕੰਮ ਹੈ ਅਤੇ ਅਸੀਂ ਬੈਂਗਲਸ ਵਗੈਰਾ ਵੀ ਰੱਖੀਆਂ ਹੋਈਆਂ ਹੁਣ ਵਰਤ ਹੈਗੇ ਹੈ ਉਹਦੇ ਕਰਕੇ ਪਹਿਲਾਂ ਕਰਵਾ ਚੌਥ ਅਤੇ ਹੁਣ ਚੱਕਰੀ ਕਰਕੇ ਬਹੁਤ ਰੌਣਕ ਹੈਗੀ ਹੈ ਅਤੇ ਕਸਟਮਰ ਬਹੁਤ ਵਧੀਆ ਹੈ ਅਤੇ ਕਸਟਮਰ ਹਰ ਤਰ੍ਹਾਂ ਦੀ ਵਰਾਇਟੀ ਦੇਖਦੇ ਹਾਂ ਸਸਤੀ ਵੀ ਅਤੇ ਮਹਿੰਗੀ ਵੀ ਸਾਨੂੰ ਬਹੁਤ ਅੱਛਾ ਰਿਸਪੋਂਸ ਮਿਲ ਰਿਹਾ ਤਿਉਹਾਰਾਂ ਦਾ ਬਹੁਤ ਅੱਛਾ ਲੱਗ ਅਗਲਾ ਸਮਾਨ ਸਸਤਾ ਕਿ ਮਹਿੰਗਾ ਅੱਗੇ ਕਿਹੜਾ ਸਮਾਨ ਜੀ ਜਦੋਂ ਕੋਈ ਸਮਾਨ ਹਾਂ ਨਹੀਂ ਅਸੀਂ ਠੀਕ ਰੇਟ 'ਤੇ ਦੇ ਰਹੇ ਹਾਂ ਵੀ ਬਹੁਤਾ ਕੋਸਟਲੀ ਨਹੀਂ ਆ ਤਾਂ ਹੀ ਵਾਰ ਵਾਰ ਕਸਟਮਰ ਆਉਂਦੇ ਹੈ ਵੀ ਅੱਛੀ ਵਰਾਇਟੀ ਔਰ ਅੱਛੇ ਰੇਂਜ ਉਹਨਾਂ ਨੂੰ ਸਹੀ ਰੇਂਜ ਔਰ ਅੱਛਾ ਮਾਲ ਮਿਲਦਾ ਇਸੇ ਕਰਕੇ ਲੋਕ ਸਾਨੂੰ ਆਉਂਦੇ ਆ ਵਾਰ ਵਾਰ ਲੈਣ ਸਮਾਨ ਸਭ ਜਿਹੜੇ ਚੱਕਰੀ ਦੇ ਵਰਤਾ ਕੀ ਮਾਨ ਰੱਖੇ ਤੋਂ ਸ਼ੁਰੂ ਕਿਵੇਂ ਰੱਖੀ ਦਿੰਦਾ ਕਿਉਂ ਰੱਖੀ ਦਿੰਦਾ ਸ਼ੁਰੂ ਤੋਂ ਹੀ ਮਹਾਲਕਸ਼ਮੀ ਦੀ ਕਿਰਪਾ ਦੇ ਹੋਈ ਹੈ ਉਹਦੇ ਕਰਕੇ ਬੱਚਿਆਂ ਦੀ ਬੜਾਵੇ ਵਾਸਤੇ ਤੰਦਰੁਸਤੀ ਵਾਸਤੇ ਘਰ 'ਚ ਲਕਸ਼ਮੀ ਆਉਣ ਵਾਸਤੇ ਇਹ ਹੁਣ ਮੱਤ ਨੇ ਰੱਖੀ ਕਿਵੇਂ ਰੱਖੇ ਜਾਂਦੇ ਰੱਖੇ ਸਵੇਰੇ ਸੱਗੀ ਹੁੰਦੇ ਆ ਸਾਰਾ ਦਿਨ ਭੁੱਖੇ ਨਿਰਜਲ ਵਰਤ ਰੱਖਦੇ ਆ ਸ਼ਾਮ ਨੂੰ ਇਕੱਠਾ ਚੱਕੀ ਚਾਹ ਪਾਣੀ ਪੀ ਕੇ ਰਾਤ ਨੂੰ ਆਰੇ ਜੁੜਿਆ ਕਰ ਰਹੇ ਕਿਹਦੇ ਲਈ ਰੱਖੀ ਜਾਂਦਾ ਕਿਵੇਂ ਖੋਲੀ ਜਾਂਦਾ ਇਹਨੂੰ ਬਸ ਇਹ ਅਰਗ ਦੇ ਕੇ ਖੋਲਦੇ ਰਾਤ ਨੂੰ ਜਿਵੇਂ ਅੱਜ ਕੱਲ੍ਹ ਪਹਿਲਾਂ ਮਿੱਟੀ ਦੇ ਭਾਂਡੇ ਚੱਲਦੇ ਹੁੰਦੇ ਚਾਈਨੀਜ਼ ਭਾਂਡੇ ਚੱਲਦੇ ਕਿੰਨੇ ਕੁ ਅਸਰ ਪੈ ਗਿਆ ਉਸ 'ਤੇ ਵੈਸੇ ਅਸਲੀ ਦਾ ਮਿੱਟੀ ਦੇ ਭਾਂਡਿਆਂ ਦਾ ਹੁੰਦਾ ਤਿਉਹਾਰ ਪਰੰਤੂ ਅੱਜ ਕੱਲ੍ਹ ਫੈਸ਼ਨ ਚੱਲ ਪਿਆ ਵੀ ਜਦੋਂ ਮਾਰਕੀਟ ਸ਼ੋਪਿੰਗ ਕਰਨ ਆਇਓ ਪਹਿਲਾਂ ਦਾ ਸਮਾਨ ਸਸਤਾ ਕਿ ਮਹਿੰਗਾ ਮਹਿੰਗਾ ਤਾਂ ਹੁੰਦੀ ਹੈ ਜੀ ਆਈ ਵਾਰ ਮਹਿੰਗਾ ਮਹਿੰਗਾਈ ਵੱਧਦੀ ਹੈ ਘਟਦੀ ਤਾਂ ਹੈ ਨਹੀਂ